ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ 10 ਵਜੇ ਤੱਕ ਮੁਲਤਵੀ ਹੋ ਗਈ ਹੈ। ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ। ਸਰ ਅੱਜ ਤੁਸੀਂ ਵਿਧਾਨ ਸਭਾ ਵਿੱਚ ਕਿਹੜੇ ਮੁੱਦੇ ਚੁੱਕੇ? ਅਸੀਂ ਵਿਧਾਨ ਸਭਾ ਦੇ ਅੰਦਰ ਮੇਰਾ ਖਿਆਲ 2 ਘੰਟੇ 11 ਵਜੇ ਤੋਂ 1 ਵਜੇ ਦੇ ਕਰੀਬ 2.5 ਘੰਟੇ ਸਿਰਫ, ਪਰਸੋਂ 14 ਮਿੰਟ ਸੀ, ਅੱਜ 2.5 ਘੰਟੇ। ਹੁਣ ਕੀਤਾ ਕੀ ਜਾਵੇ? ਇੰਨੇ ਇਸ਼ੂਜ਼ ਨੇ, ਇੰਨੇ ਕੁ ਇਸ਼ੂ ਨੇ ਪੰਜਾਬ ਦੇ ਅੰਦਰ, ਚਾਹੇ ਉਹ ਬੇਰੁਜ਼ਗਾਰੀ ਆ, ਕਿਸਾਨ ਆਤਮ ਹੱਤਿਆਵਾਂ ਨੇ, ਉਹ ਵਾਰਾ ਡੰਗਰਾਂ ਦਾ ਮਸਲਾ, ਉਹ ਬਿਜਲੀ ਦੇ ਵਧੇ ਹੋਏ ਰੇਟਾਂ ਦਾ ਮਸਲਾ, ਲਾਅ ਐਂਡ ਆਰਡਰ ਫੇਲੀਅਰ ਦਾ ਮਸਲਾ, ਮਤਲਬ ਕਿਸੇ ਮੁੱਦੇ ਦੇ ਉੱਤੇ ਸਰਕਾਰ ਇਸ ਕਰਕੇ ਟਾਈਮ ਨਹੀਂ ਦਿੰਦੀ ਵੀ ਜਿਹੜੀ ਆ ਕਿਰਕਰੀ ਹੋਊਗੀ ਸਰਕਾਰ ਦੀ। ਸੋ ਪਾਣੀਆਂ ਦੇ ਇਸ਼ੂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ, ਸਰਕਾਰ ਨੂੰ ਦੱਸਣ ਦਾ ਯਤਨ ਕੀਤਾ ਵੀ ਭਾਈ ਸੱਚਾਈ ਆ ਹੈਗੀ ਆ, ਕਾਨੂੰਨ ਆ ਕਹਿੰਦਾ। ਐਂਡ ਕੈਪਟਨ ਅਮਰਿੰਦਰ ਸਿੰਘ ਦੀ ਖਾਮੋਸ਼ੀ ਇਸ ਗੱਲ ਦਾ ਇਸ਼ਾਰਾ ਕਰਦੀ ਸੀ ਵੀ ਹਾਂ ਗੱਲ ਤਾਂ ਸਹੀ ਹੈ, ਪਰ ਰਾਜਨੀਤੀ ਵਾਹ ਪੇਸ਼ ਨਹੀਂ ਜਾਣ ਦਿੰਦੀ। ਰਾਜਸਥਾਨ ਦੇ ਵਿੱਚ ਵੀ ਕਾਂਗਰਸ ਆ ਅਤੇ ਇੱਧਰ ਵੀ ਕਾਂਗਰਸ ਹੈਗੀ ਆ। ਸੋ ਅਸੀਂ ਯਤਨ ਛੱਡਣ ਵਾਲੇ ਨਹੀਂ ਹੈਗੇ। ਕੋਈ ਬੰਦਾ ਸੋਚ ਰਿਹਾ ਵੀ ਯਾਰ ਬੈਂਸ ਰੋਜ਼ ਪਾਣੀਆਂ ਵਾਸਤੇ, ਮੈਨੂੰ ਯਾਦ ਆ ਇਸੇ ਸਦਨ ਦੇ ਵਿੱਚੋਂ ਮੈਨੂੰ ਕੁੱਟ ਕੇ ਉਹ ਹਾਈਕੋਰਟ ਚੌਂਕ 'ਚ ਸੁੱਟਿਆ ਹੁੰਦੇ ਸੀ, ਪਾਸ ਕਰਾਇਆ ਨਾ 16 ਨਵੰਬਰ 2016 ਨੂੰ ਪਾਸ ਹੋ ਗਿਆ। ਉਦੋਂ ਵੀ ਤੁਹਾਡੇ ਵਰਗੇ ਦੋਸਤ ਮੈਨੂੰ ਕਹਿ ਦਿੰਦੇ ਹੁੰਦੇ ਸੀ, ਪੱਤਰਕਾਰ ਜਿਹੜੇ ਨਜ਼ਦੀਕੀ ਰੱਖਣ ਵਾਲੇ, ਵੀ ਬੈਂਸ ਕੁੱਟ ਖਾਈ ਜਾਂਦਾ ਯਾਰ, ਇਹ ਕਿਤੇ ਪਾਸ ਹੋਣਾ, ਪਾਸ ਹੋ ਗਿਆ ਨਾ। ਉਹ ਕਾਨੂੰਨ ਸੀ ਇਸ ਕਰਕੇ ਪਾਸ ਹੋਇਆ, ਸਾਡੀ ਉਹ ਜਿਹੜੀ ਪਾਣੀ ਦੀ ਕੀਮਤ ਵਸੂਲੀ ਕਾਨੂੰਨ ਹੈ, ਭਾਰਤੀ ਸੰਵਿਧਾਨ ਦੇ ਦਾਇਰੇ ਦੇ ਅੰਦਰ ਉਹ ਸਾਡਾ ਸੰਵਿਧਾਨਕ ਕਾਨੂੰਨ ਪੰਜਾਬ ਦੇ ਲੋਕਾਂ ਦਾ ਰਾਈਟ ਪਾਸ ਹੋ ਗਿਆ। ਸੋ ਇਹ ਜਿਹੜਾ ਅਗਲਾ ਹੈਗਾ, ਮੈਂ ਪ੍ਰਾਈਵੇਟ ਪ੍ਰਸਤਾਵ ਦਿੱਤਾ ਸੀ ਵੀ ਤੁਸੀਂ SYL ਸਮੇਤ ਪੰਜਾਬ ਦੇ ਪਾਣੀਆਂ ਦੀ ਰਾਖੀ ਵਾਸਤੇ, ਉਹ ਗੈਰ ਸੰਵਿਧਾਨਕ ਦੋ ਧਰਾਵਾਂ ਜਿਨ੍ਹਾਂ ਦੇ ਤਹਿਤ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ। 1966 ਦੇ ਪੁਨਰਗਠਨ ਐਕਟ ਦੀ 78-80 ਐਂਡ 1956 ਦੇ ਇੰਟਰ ਸਟੇਟ ਵਾਟਰ ਡਿਸਪਿਊਟ ਐਕਟ ਦੀ 14। ਹੁਣ ਲੋਕ ਸਭਾ ਦੇ ਅੰਦਰ ਕੀ ਹੋਇਆ? ਦੋ ਬਿੱਲ, ਅਮੈਂਡਮੈਂਟ ਬਿੱਲ ਇੰਟਰੋਡਿਊਸ ਹੋਏ, ਇੰਟਰ ਸਟੇਟ ਵਾਟਰ ਡਿਸਪਿਊਟ ਐਕਟ ਟ੍ਰਿਬਿਊਨਲ, ਐਂਡ ਦੂਸਰਾ ਹੈਗਾ ਡੈਮਾਂ ਦੀ ਸੁਰੱਖਿਆ ਦਾ ਬਿੱਲ। ਅਫਸੋਸ ਆ ਕਿ 13 ਦੇ 13 MP ਗੈਰ ਹਾਜ਼ਰ ਲੋਕ ਸਭਾ ਦੇ ਵਿੱਚੋਂ ਜਦੋਂ ਇਹ ਬਿੱਲ ਇੰਟਰੋਡਿਊਸ ਹੁੰਦੇ, ਜਿਹੜੇ ਪੰਜਾਬ ਨੂੰ ਅਸਲ ਦੇ ਵਿੱਚ ਤ੍ਰਾਸਦੀ ਰਸਤਲ ਵਾਲੇ ਪਾਸੇ ਲੈ ਕੇ ਜਾ ਰਹੇ। ਸੋ ਇਹਨਾਂ ਪਾਰਟੀਆਂ ਦਾ ਚਿਹਰਾ ਬੇਨਕਾਬ ਹੁੰਦਾ। ਅਸੀਂ ਸੈਂਟਰ ਨੇ ਬਿੱਲ ਪਾਸ ਕੀਤਾ ਹੈਗਾ, ਲੋਕ ਸਭਾ ਦੇ ਵਿੱਚ ਪਾਸ ਹੋਇਆ ਬਿੱਲ, ਅਤੇ ਇਹਦੇ ਮੁਤਾਬਕ 2 ਸਾਲਾਂ ਦੇ ਵਿੱਚ ਫੈਸਲਾ ਕਰਨਾ ਹੋਗਾ ਸੂਬਿਆਂ ਦੀ ਜਿਹੜੀ ਲੜਾਈ ਹੋਏਗੀ। ਅਤੇ ਜੇ 2 ਸਾਲਾਂ ਵਿੱਚ ਸੂਬੇ ਫੈਸਲੇ ਨਹੀਂ ਕਰ ਸਕਦੇ, ਆਪਣੇ ਮਸਲਾ ਨਹੀਂ ਸੁਲਝਾਉਂਦੇ, ਰੌਲਾ ਤਾਂ ਇਹੀ ਹੈ ਨਾ, ਉਹ ਟ੍ਰਿਬਿਊਨਲ ਸਾਨੂੰ ਸੁਣ ਨਹੀਂ ਸਕਦਾ। ਟ੍ਰਿਬਿਊਨਲ ਦੇ ਕੋਲ ਅਧਿਕਾਰ ਨਹੀਂ ਹੈਗਾ ਕਿ ਉਹ ਪੰਜਾਬ ਦੇ ਪਾਣੀਆਂ ਦਾ ਫੈਸਲਾ ਕਰੇ। ਸਾਡਾ ਉਹ ਹੈਗਾ ਇੰਟਰ ਸਟੇਟ ਅੰਤਰਰਾਜੀ ਦਰਿਆ, ਸਾਡਾ ਜਿਹੜਾ ਦਰਿਆ ਨੇ ਨਾ, ਰਾਵੀ ਐਂਡ ਬਿਆਸ ਸਤਲੁਜ, ਉਹ ਇੰਟਰ ਸਟੇਟ ਨਹੀਂ ਵਿਦ ਹਰਿਆਣਾ, ਵਿਦ ਦਿੱਲੀ, ਵਿਦ ਰਾਜਸਥਾਨ, ਉਹ ਅਸੀਂ ਸਾਡੇ ਇਕੱਲਿਆਂ ਦੇ ਹੈਗੇ ਆ। ਉਹ ਇੰਟਰ ਸਟੇਟ ਸਾਡੇ ਨਾਲ ਹੈਗਾ ਹਿਮਾਚਲ, ਹਿਮਾਚਲ ਨਾਲ ਕੋਈ ਡਿਸਪਿਊਟ ਪੈ ਜੇ ਦੈਨ ਇਹ ਟ੍ਰਿਬਿਊਨਲ ਸਾਨੂੰ ਸੁਣ ਸਕਦਾ। ਮੈਂ ਰੌਲਾ ਤਾਂ ਇਸੇ ਗੱਲ ਦਾ ਹੀ ਹੈ ਨਾ ਵੀ ਤੁਸੀਂ ਕਿਉਂ ਆਪਣੇ ਹੱਥ ਵੱਢ ਦੇਈ ਜਾਂਦੇ ਹੋ? ਤੁਸੀਂ ਇਹ ਜਿਹੜੀਆਂ ਦੋਨੇ ਹੀ ਗੈਰ ਸੰਵਿਧਾਨਕ, ਭਾਰਤ ਦੇ ਸੰਵਿਧਾਨ ਦੇ ਆਰਟੀਕਲ 262 ਦਾ ਉਲੰਘਣ ਹੈਗਾ, ਤੁਸੀਂ ਵਿਧਾਨ ਸਭਾ 'ਚ ਪਾਸ ਕਰਕੇ ਭੇਜੋ ਕੇਂਦਰ ਨੂੰ ਵੀ ਰਾਸ਼ਟਰਪਤੀ ਜੀ ਇਹ 'ਤੇ ਸੁਪਰੀਮ ਕੋਰਟ ਦੀ ਰਾਏ ਲਓ, ਲਓ ਸਦਾ ਵਾਸਤੇ ਇਹ ਟੈਂਟਾ ਖਤਮ ਪੰਜਾਬ ਦੇ ਹੱਕ ਦੇ ਵਿੱਚ। ਤੁਰਦੇ ਨਹੀਂ ਕਿਉਂਕਿ ਰਾਜਨੀਤੀ ਇਹਨਾਂ ਦੇ ਆੜੇ ਆ ਰਹੀ ਹੈ। ਬਸ ਸਾਹਿਬ, ਤੁਹਾਡਾ ਮਤਲਬ ਕਹਿਣ ਦਾ ਜਿਹੜਾ ਇਹ ਬਿੱਲ ਹੈਗਾ, ਇਹ ਪੰਜਾਬ ਦੇ ਹੱਕਾਂ ਉੱਤੇ ਡਾਕਾ ਹੈਗਾ, ਆਉਣ ਵਾਲੇ ਸਮੇਂ 'ਚ ਨੁਕਸਾਨ ਹੋ ਸਕਦਾ? ਬਹੁਤ ਵੱਡਾ, ਬਹੁਤ ਵੱਡਾ ਨੁਕਸਾਨ ਹੋ ਸਕਦਾ। ਇਸ ਤਰ੍ਹਾਂ ਹੋ ਸਕਦਾ ਨੁਕਸਾਨ ਇਸ ਨਾਲ? ਜਿਹੜੀ ਚੀਜ਼ ਸਾਡੇ ਹਰਿਆਣੇ ਦੇ ਨਾਲ ਕੋਈ ਲਾਗਾ ਦਾਗਾ ਨਹੀਂ, ਰਾਵੀ ਅਤੇ ਬਿਆਸ ਦਾ, ਹੁਣ ਕੇਂਦਰ ਵੰਡ ਕੇ ਦੇਣ ਲੱਗਿਆ। ਤੁਹਾਡਾ ਕੋਈ ਪ੍ਰੋਪਰਟੀ ਹੈਗੀ ਆ, ਮੈਂ ਉਹਦੇ 'ਚ ਠੱਗੀ ਠੁੱਗੀ ਮਾਰ ਕੇ ਇੰਤਕਾਲ 'ਚ ਆਪਣਾ ਨਾਮ ਦਰਜ ਕਰਾ ਜਾਂ? ਹੁਣ ਤੁਹਾਨੂੰ ਨਾ ਕਿ ਇਹ ਕਹਿਣਾ ਚਾਹੀਦਾ ਵੀ ਨਾ, ਮੇਰੇ ਕੋਲ ਤਾਂ ਬੈਂਸ 2 ਹੀ ਕਮਰੇ ਆ, ਤੇਰੇ ਵਾਸਤੇ ਕਮਰਾ ਹੈ ਨਹੀਂ। ਤੁਹਾਨੂੰ ਇਹ ਨਹੀਂ, ਤੁਹਾਨੂੰ ਇਹ ਕਹਿਣਾ ਚਾਹੀਦਾ ਵੀ ਇਹ ਗਲਤ ਮਾਲਕ ਬਣ ਗਿਆ, ਇਹਦਾ ਇੰਤਕਾਲ ਖਾਰਜ ਕਰੋ। ਅੱਜ ਗੱਲ ਇੱਥੇ ਖੜੀ ਹੈ। ਸੋ ਜਿਹੜੀ ਗੱਲ ਬੜੀ ਸਿੰਪਲ ਹੈਗੀ ਹੈ ਨਾ, ਇਹਨਾਂ ਦੇ ਸਮਝ ਆਉਂਦੀ ਆ, ਵੱਡੇ ਵੱਡੇ ਇਹਨਾਂ ਕੋਲ ਵਕੀਲ, ਵੱਡੇ ਵੱਡੇ ਕਾਨੂੰਨੀ ਮਸ਼ੀਰ, ਖੁਦ ਮੇਰੇ ਤੋਂ ਕਿੱਡੇ ਕਿੱਡੇ ਸੀਨੀਅਰ ਹੈਗੇ, ਇਹਨਾਂ ਨੂੰ ਸਭ ਪਤਾ। ਇਹ ਨਾ ਸਮਝੋ ਵੀ ਇਕੱਲਾ ਮੈਨੂੰ ਪਤਾ, ਇਹਨਾਂ ਨੂੰ ਇੱਕ ਇੱਕ ਗੱਲ ਦੀ ਜਾਣਕਾਰੀ ਆ। ਚੁੱਪ, ਤੁਸੀਂ ਦੇਖਿਆ ਨਹੀਂ ਹਾਊਸ ਦੇ ਅੰਦਰ CM ਸਾਹਿਬ ਸੁਣਦੇ ਆਪਣੇ ਇਕਾਗਰ ਚਿੱਤ ਹੋ ਕੇ ਖਮੋਸ਼ ਹੋ ਜਾਂਦੇ ਵੀ ਯਾਰ ਇਹਦੀ ਗੱਲ ਦਾ ਜਵਾਬ ਕੀ ਦੇਈਏ। ਜੇ ਮੇਰੀ ਗੱਲ ਝੂਠੀ ਹੋਵੇ, ਉੱਠ ਕੇ ਖੜੇ ਹੋਣ ਵੀ ਕਾਕਾ ਝੂਠ ਬੋਲ ਰਿਹਾ, ਮੈਂ ਤ੍ਰਿਪਤ ਰਿੰਦਰ ਬਾਜਵਾ ਜੀ ਦਾ ਨਾਮ ਲੈ ਕੇ ਆ ਵੀ ਤੁਸੀਂ ਮਿਸਗਾਈਡ ਕਰਦੇ ਹੋ ਪੰਜਾਬ ਦੇ ਲੋਕਾਂ ਨੂੰ। ਚੁੱਪ ਅਤੇ ਖਮੋਸ਼ ਰਹੇ। CM ਸਾਹਿਬ ਬੜਾ ਪੇਸ਼ੈਂਸਲੀ ਲਿਸਨ ਕੀਤਾ, ਬੋਲੇ ਨਹੀਂ, ਕਿਉਂਕਿ ਇਹਨਾਂ ਗੱਲਾਂ ਦੇ ਵਿੱਚ ਕਾਨੂੰਨ ਸੱਚਾਈ ਹੈ। ਪਰ ਇਸ ਗੱਲਾਂ 'ਤੇ ਬੋਲਣਾ ਤਾਂ ਪੈਣਾ ਹੀ ਉਹਨਾਂ ਨੂੰ, ਕਿਉਂਕਿ ਸਾਰੇ ਹੀ ਆਪਣੇ ਆਪ ਨੂੰ ਲੋਕ, ਜਦੋਂ ਲੋਕਾਂ ਦੀ ਚਿਹਰੀ, ਅੱਜ ਤੱਕ ਤਾਂ ਅਨਫੋਰਚੂਨੇਟਲੀ ਪੰਜਾਬੀਆਂ ਨੂੰ ਇੰਨੀ ਪਾਣੀਆਂ ਦੇ ਉੱਤੇ ਸਾਡਾ ਕਾਨੂੰਨ ਵਾਜਬੀਅਤ ਕੀ ਹੈਗੀ ਆ, ਪੰਜਾਬੀਆਂ ਨੂੰ ਮੈਜੋਰਟੀ ਦੇ ਪਤਾ ਹੀ ਨਹੀਂ ਸੀ। ਅਸੀਂ ਜਿਹੜੀ ਇਹ ਡਰਾਈਵ ਸਟਾਰਟ ਕੀਤੇ ਸੀ ਤਾਂ ਹਰ ਪੰਜਾਬੀ ਨੂੰ ਸਮਝਾਉਣਾ ਵੀ ਸਮਝ ਆ ਦੋਸਤਾ, ਤਾਂ ਪੰਜਾਬ ਬਚਣਾ।
ਇਹ ਪੰਜਾਬ ਦੇ ਸਿਰੋਂ ਕੰਗਾਲੀ ਦਾ ਆਲਮ ਉਦੋਂ ਦੂਰ ਹੋਣਾ ਜਿੱਦਣ ਸਾਨੂੰ ਇਹ ਕੀਮਤ ਆਉਣ ਲੱਗ ਗਈ। ਵੋਟ ਜਿਹਨੂੰ ਮਰਜ਼ੀ ਪਾ ਲਾ, ਪਰ ਆਪਣੀ ਪਾਰਟੀ ਨੂੰ ਇਹ ਗੱਲ ਕਨਵਿੰਸ ਕਰਾ ਨਾ ਉਹਦੇ ਕੋਲੋਂ ਵੀ ਇਹ ਕੀਮਤ ਲੈਣੀ ਹੈ ਜੋ ਸਾਡਾ ਕਾਨੂੰਨ ਰਾਈਟ ਹੈ। ਸੋ ਲੋਕਾਂ ਦੀ ਇਕਚਾਰੀ ਬੜੀ ਵੱਡੀ ਹੁੰਦੀ ਹੈ, ਉਹ ਸਭ ਕੁਝ ਕਰਾ ਦਿੰਦੇ। ਵੈਸਾ ਮੇਰਾ ਆਖਰੀ ਸਵਾਲ, ਜੰਮੂ ਕਸ਼ਮੀਰ ਆਪਣਾ ਗੁਆਂਢੀ ਸੂਬਾ, ਧਾਰਾ 370 ਖਤਮ ਕਰ ਦਿੱਤੀ ਗਈ ਹੈ, ਅਤੇ ਤੁਹਾਨੂੰ ਕੀ ਲੱਗਦਾ ਇਹਦਾ ਇਫੈਕਟ ਕੀ ਨਜ਼ਰ ਆਊਗਾ, ਅਤੇ ਤੁਸੀਂ ਇਹਦਾ ਸਮਰਥਨ ਕਰਦੇ ਜਾਂ ਵਿਰੋਧ ਕਰਦੇ? ਬਹੁਤ ਵੱਡਾ ਇਹ ਮਿਨੋਰਿਟੀ ਘੱਟ ਗਿਣਤੀਆਂ ਵਾਸਤੇ ਇੱਕ ਬਹੁਤ ਵੱਡਾ BJP ਨੇ ਅਲਾਰਮ ਕੀਤਾ। ਇੱਦਾਂ ਦਾ ਕਿਸੇ ਵੀ ਸੂਬੇ ਦੇ ਵਿੱਚ ਸਰਕਾਰ ਖਤਮ ਕਰਕੇ ਉੱਥੇ UT ਬਣਾ ਦੇਣ, ਸੂਬੇ ਨੂੰ ਯੂਨੀਅਨ ਟੈਰੇਟਰੀ ਬਣਾ ਦੇਣ। ਮੈਂ ਸਮਝਦਾ ਚੰਦ ਲੋਕ ਜਿਹੜੇ ਟੈਰਰਿਸਟ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਹੈਗੇ ਆ, ਵੈਰੀ ਬੈਡ, ਦੇਸ਼ ਨੂੰ ਤੋੜਨਾ ਚਾਹੁੰਦੇ ਆ, ਉਹਨਾਂ ਦੇ ਖਿਲਾਫ਼ ਤੁਰੋ, ਤੁਸੀਂ ਸਜ਼ਾ ਸਾਰੇ ਸਟੇਟ ਦੇ ਲੋਕਾਂ ਨੂੰ ਦੇ ਦਿਓ, ਇਹ ਨਿਆਂ ਤਾਂ ਨਹੀਂ ਹੈਗਾ। ਅਰਵਿੰਦ ਕੇਜਰੀਵਾਲ ਨੇ ਸਮਰਥਨ ਕੀਤਾ ਇਸਦਾ? ਨਹੀਂ, ਮੈਂ ਕਹਿੰਦਾ ਦੇਖੋ ਗੱਲ ਸੁਣੋ, ਅੱਤਵਾਦੀ ਜਿਹੜਾ ਸੰਵਿਧਾਨਕ ਦਾਇਰੇ ਤੋਂ ਬਾਹਰ ਜਾ ਕੇ ਕੋਈ ਟੈਰਰਿਸਟ ਐਕਟੀਵਿਟੀ, ਅਸੀਂ ਉਹਦਾ ਵਿਰੋਧ ਕਰਦੇ ਹਾਂ, ਉਹਨਾਂ ਨੂੰ ਪਨਿਸ਼ ਕਰੋ ਨਾ, ਅਸੀਂ ਨਾਲ ਹਾਂ ਸਾਰੇ। ਪਰ ਤੁਸੀਂ ਉਹਦੀ ਆੜ ਦੇ ਵਿੱਚ, ਤੁਸੀਂ ਉਹਦੀ ਆੜ ਦੇ ਵਿੱਚ ਸਟੇਟ ਦੇ ਸਾਰੇ ਲੋਕਾਂ ਨੂੰ ਪਨਿਸ਼ ਕਰਦੇ ਹੋ, ਇਹ ਗਲਤ ਹੈਗਾ। ਅੱਜ ਉਹ ਜੰਮੂ ਕਸ਼ਮੀਰ 'ਚ ਹੋਇਆ, ਕੱਲ੍ਹ ਨੂੰ ਪੰਜਾਬ 'ਚ ਕਰ ਦੇਣਗੇ, ਕਿਸੇ ਹੋਰ ਸਟੇਟ 'ਚ ਕਰ ਦੇਣਗੇ। ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ ਇਸ ਧਾਰਾ 370 ਦਾ ਪੰਜਾਬ ਦੇ ਉੱਤੇ ਕੀ ਇਫੈਕਟ ਆਉਣ ਵਾਲੇ ਸਮੇਂ 'ਚ ਨਜ਼ਰ ਆਊਗਾ? ਪੰਜਾਬ ਦੇ ਉੱਤੇ ਇਫੈਕਟ ਦੀ ਗੱਲ ਨਹੀਂ, ਘੱਟ ਗਿਣਤੀਆਂ ਦੇ ਉੱਤੇ ਇਫੈਕਟ ਦੀ ਗੱਲ ਹੈਗੀ ਹੈ। ਮਤਲਬ ਉਹਨਾਂ ਨੇ ਇੱਕ ਮੈਸੇਜ ਦਿੱਤਾ, ਹਿੰਦੂ ਕਾਰਡ ਕਹੂੰਗਾ, ਧਰੁਵੀਕਰਨ ਕਰਦੇ ਆ ਹਿੰਦੂ ਵਰਗ ਦਾ। ਸੋ ਵੈਰੀ ਬੈਡ ਯਾਰ, ਸਾਡਾ ਦੇਸ਼ ਤਾਂ ਬੜਾ ਮਹਾਨ ਆ, ਪਰੰਪਰਾਵਾਂ ਸਾਡੇ ਦੇਸ਼ ਦੀਆਂ ਬਹੁਤ ਮਹਾਨ ਹੈਗੀਆਂ ਨੇ, ਸਾਡਾ ਨੌਂ ਅਤੇ ਮਾਸ ਦਾ ਰਿਸ਼ਤਾ ਹੈਗਾ ਆਪਸ ਦੇ ਵਿੱਚ। ਮਤਲਬ ਇਹ ਰਾਜ ਅਤੇ ਵੋਟਾਂ ਵਾਸਤੇ ਤੋੜ ਦੇਣਗੇ, ਇਸ ਕਰਕੇ ਅਸੀਂ ਇਹਦਾ ਵਿਰੋਧ ਇਸ ਲਈ ਕਰਦੇ ਹਾਂ ਵੀ ਜਿਹੜੇ ਲੋਕ ਅੱਤਵਾਦੀ ਗਤੀਵਿਧੀਆਂ 'ਚ, ਉਹਨਾਂ ਨੂੰ ਪਨਿਸ਼ ਕਰੋ, ਖਤਮ ਕਰੋ ਅੱਤਵਾਦ, ਅਸੀਂ ਨਾਲ ਹਾਂ ਸਾਰੇ। ਪਰ ਤੁਸੀਂ ਸਟੇਟ ਦੇ ਸਾਰੇ ਲੋਕਾਂ ਨੂੰ ਪਨਿਸ਼ ਕਰੋ, ਇਹ ਠੀਕ ਨਹੀਂ। ਥੈਂਕ ਯੂ। ਬਿਲਕੁਲ, ਸਿਮਰਜੀਤ ਸਿੰਘ ਦਾ ਕਹਿਣਾ ਹੈ, ਬੈਂਸ ਸਾਹਿਬ ਦਾ, ਕਿ ਜਿਹੜਾ ਇਹ ਧਾਰਾ 370 ਖਤਮ ਕੀਤੀ ਗਈ, ਇਹ ਗਲਤ ਡਿਸੀਜ਼ਨ ਹੈਗਾ, ਇਹ ਘੱਟ ਗਿਣਤੀਆਂ ਉੱਤੇ ਉਹਨਾਂ ਨੂੰ ਘੱਟ ਗਿਣਤੀਆਂ ਦੇ ਵਿਰੁੱਧ ਰਾਜਨੀਤੀ ਹੈ, ਇੱਕ ਹਿੰਦੂ ਪੱਤਾ ਖੇਡਿਆ ਮੋਦੀ ਸਰਕਾਰ ਨੇ। ਹਾਲਾਂਕਿ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਅਤੇ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਇਸ ਦਾ ਸਮਰਥਨ ਜ਼ਰੂਰ ਕੀਤਾ। ਅਤੇ ਪੰਜਾਬ ਦੀ ਵਿਧਾਨ ਸਭਾ ਦੇ ਮੁੱਦੇ ਉੱਤੇ ਇਹਨਾਂ ਨੇ ਕਿਹਾ ਕਿ ਪਾਣੀ ਦਾ ਇੱਕ ਪੱਖਦਾ ਮੁੱਦਾ ਸੀਗਾ, ਲੋਕ ਸਭਾ ਦੇ ਵਿੱਚ ਜਦੋਂ ਪਾਣੀਆਂ ਨੂੰ ਲੈ ਕੇ ਇੱਕ ਬਿੱਲ ਪਾਸ ਹੋਇਆ ਤਾਂ ਉਸ ਵੇਲੇ ਜਿਹੜੇ ਪੰਜਾਬ ਦੇ 13 MP ਸੀ ਉੱਥੋਂ ਗੈਰ ਹਾਜ਼ਰ ਰਹੇ, ਜਿਸ ਦਾ ਅੱਜ ਕੈਪਟਨ ਅਮਰਿੰਦਰ ਸਿੰਘ ਅੰਦਰ ਜਵਾਬ ਨਹੀਂ ਦੇ ਸਕੇ। ਸੋ ਆਉਣ ਵਾਲੇ ਸਮੇਂ ਜਵਾਬ ਤਾਂ ਉਹਨਾਂ ਨੂੰ ਇਸ ਮੁੱਦੇ 'ਤੇ ਦੇਣਾ ਪੈਣਾ, ਕਿਉਂਕਿ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਤਾਂ ਹਰ ਕੋਈ ਰਖਵਾਉਂਦਾ। ਅਕਾਲੀ ਦਲ ਕਹਿੰਦੇ ਅਸੀਂ ਰਖਵਾਲੇ ਹਾਂ, ਲੋਕ ਇਨਸਾਫ਼ ਪਾਰਟੀ ਕਹਿੰਦੇ ਅਸੀਂ ਰਖਵਾਲੇ ਹਾਂ, ਅਤੇ ਜਿਹੜੀ ਕਾਂਗਰਸ ਪਾਰਟੀ ਉਹ ਕਹਿੰਦੀ ਅਸੀਂ ਰਖਵਾਲੇ ਹਾਂ। ਸੋ ਅਸਲੀ ਰਖਵਾਲਾ ਕੌਣ ਹੈਗਾ ਇਸ ਮੁੱਦੇ 'ਤੇ, ਇਹ ਵੀ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਏਗਾ। ਚੰਡੀਗੜ੍ਹ ਤੋਂ ਕੈਮਰਾਮੈਨ ਪੰਕਜ ਸ਼ਰਮਾ ਦੇ ਨਾਲ ਅਮਨ ਮੋਹਨ ਦੀ ਰਿਪੋਰਟ, ਹਮਦਰਦ TV।